ਕਿਵੇਂ ਲੱਗਦਾ ਰੁਝਾਨ? ਦੇਖੋ ਜੀ, ਬਹੁਤ ਵਧੀਆ ਰੁਝਾਨ ਹੈ ਅਤੇ ਪਹਿਲੀ ਵਾਰ ਬਰਨਾਲੇ 'ਚ ਕਿਸੇ ਨੇ ਦੇਖਿਆ ਕਿ ਬਾਕੀ ਸਾਰੀਆਂ ਪਾਰਟੀਆਂ ਨਿੰਦ ਕੇ ਵੋਟਾਂ ਮੰਗ ਰਹੀਆਂ ਅਤੇ ਪਹਿਲੀ ਪਾਰਟੀ ਹੈ ਵੀ ਜਿਹੜੀ ਆਪਣੇ 2.5 ਸਾਲ 'ਚ ਕੀਤੇ ਵਿਕਾਸ ਦੇ ਕੰਮਾਂ ਜਿਹੜੀ ਵੋਟ ਹੈ ਉਹ ਮੰਗ ਰਹੀ ਹੈ। ਅਤੇ ਤੁਸੀਂ ਤਾਂ ਸਾਰੇ ਮੈਨੂੰ ਕਵਰ ਜਿਹੜਾ ਕਰਦੇ ਰਹੇ ਹੋ ਕਿ ਹਜ਼ਾਰਾਂ ਜਿਹੜੇ ਇਕੱਲੇ ਪੁਰਾਣੀਆਂ ਸਰਕਾਰਾਂ ਵਾਂਗੂ ਨੀਂਹ ਪੱਥਰ ਨਹੀਂ ਰੱਖੇ, ਉਦਘਾਟਨ ਜਿਹੜੇ ਆ ਮੈਂ ਪਿਛਲੇ 2.5 ਸਾਲਾਂ 'ਚ ਜਿਹੜੇ ਆ ਬਰਨਾਲੇ ਦੇ ਵਿੱਚ ਕੀਤੇ ਆ। ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸੇ ਨੇ ਪੰਜੀ ਨਹੀਂ ਦਿੱਤੀ ਉਹ ਜ਼ਿਲ੍ਹੇ ਦੇ ਵਿੱਚ ਜੇ ਸਾਰੇ ਮਹਿਕਮਿਆਂ ਜੋੜਨਾ ਹੋਵੇ ਤਾਂ 600 ਕਰੋੜ ਰੁਪਈਆ ਜਿਹੜਾ ਉਹ ਬਣਦਾ, 300 ਕਰੋੜ ਰੁਪਈਆ ਇਕੱਲੇ ਨਹਿਰੀ ਮਹਿਕਮੇ ਦਾ। ਤੁਸੀਂ ਸਾਰੇ ਜਾਣਦੇ ਹੋ ਕਿਸੇ ਪਿੰਡ 5 ਕਰੋੜ ਦੀ ਪਾਈਪ ਲਾਈਨ, ਕਿਸੇ ਪਿੰਡ 10 ਕਰੋੜ ਦੀ, ਮੈਂ ਤਾਂ ਨਾਂ ਲੈ ਲਾ ਦੱਸ ਸਕਦਾ ਸੰਘੇੜੇ 10 ਕਰੋੜ ਦੀ, ਪੂਰੇ 10 ਕਰੋੜ ਦੀ ਨਹੀਂ, 5-5, 6-6 ਕਰੋੜ ਦੀ ਪਾਈਪ ਲਾਈਨ ਹਰ ਪਿੰਡ 'ਚ ਪਈ ਹੈ। 35 ਕਰੋੜ ਦੇ ਛੱਪੜ ਨੇ ਜਿਹੜੇ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਗਿਆ, 60 ਕਰੋੜ ਦੀਆਂ ਜਿਹੜੀਆਂ ਸੜਕਾਂ ਨੇ ਬਰਨਾਲੇ ਅਤੇ ਧਨੌਲੇ ਦੇ ਵਿੱਚ ਜਿਨ੍ਹਾਂ ਨੂੰ ਦੁਬਾਰਾ ਜਿਹੜਾ ਬਣਾਇਆ ਜਾ ਰਿਹਾ, 88 ਕਰੋੜ ਰੁਪਈਆ ਬਰਨਾਲੇ 'ਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਲਈ ਜਿਹੜਾ ਲੈ ਕੇ ਆਉਂਦਾ, 21 ਕਰੋੜ ਰੁਪਈਆ ਹੋਸਪਿਟਲ ਦੇ ਲਈ ਲੈ ਕੇ ਆਉਂਦਾ। ਸੋ ਇਸ ਤੋਂ ਇਲਾਵਾ 10 ਕਰੋੜ ਰੁਪਈਆ DC ਦਫ਼ਤਰ ਲਈ, ਕਰੋੜਾਂ ਰੁਪਈਆ ਤੁਸੀਂ ਕਿਤੇ 11 ਤਾਂ ਲਾਇਬ੍ਰੇਰੀਆਂ ਬਣਾਤੀਆਂ ਜਿਨ੍ਹਾਂ ਦੇ 50-50 ਲੱਖ ਰੁਪਈਆ ਲੱਗਿਆ ਪਿੰਡਾਂ ਦੇ ਵਿੱਚ, ਸਾਰੇ 19 ਪਿੰਡ ਨੇ, 19 ਪਿੰਡਾਂ 'ਚੋਂ 11 'ਚ ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰ ਲਗਭਗ ਹਰ ਪਿੰਡ ਦੇ ਵਿੱਚ ਆ, 50-50 ਲੱਖ ਰੁਪਈਆ ਉਹਨਾਂ 'ਤੇ ਲੱਗਿਆ। ਸੋ ਹਰ ਪਿੰਡ 'ਚ ਮੈਂ ਤਾਂ ਜਾ ਕੇ ਚੈਲੇਂਜ ਆ ਜਿਹੜਾ ਉਹ ਕੀਤਾ ਵੀ ਭਾਈ ਅਸੀਂ ਨਹੀਂ ਕਹਿੰਦੇ ਸਾਰੇ ਕੰਮ ਹੋ ਗਏ, ਪਰ 2.5 ਸਾਲਾਂ 'ਚ ਅਸੀਂ ਜਿੰਨੇ ਪੈਸੇ ਦਿੱਤੇ ਆ, ਕਾਂਗਰਸ ਵਾਲਾ ਬੰਦਾ ਉਹਨਾਂ ਦੀ 5 ਸਾਲ ਸਰਕਾਰ ਰਹੀ ਹੈ, ਕਿਸੇ ਪਿੰਡ 'ਚ ਖੜ ਕੇ ਗੱਲ ਕਹਿ ਦੇ ਵੀ ਇਦੂ 10ਵਾਂ ਹਿੱਸਾ ਵੀ ਉਹਨਾਂ ਨੇ ਕਦੇ ਕਿਸੇ ਪਿੰਡ 'ਚ ਦਿੱਤਾ, ਅਤੇ ਇਹਦਾ ਕਦੇ ਕਿਸੇ ਨੇ ਜਿਹੜਾ ਜਵਾਬ ਹੈ ਕਾਂਗਰਸ ਵੱਲੋਂ ਨੂੰ ਇਹ, ਮੈਂ ਤਾਂ ਵੱਡੀਆਂ ਰੈਲੀਆਂ ਤੋਂ ਮੁੱਖ ਮੰਤਰੀ ਸਾਹਿਬ ਆਏ ਧਨੌਲੇ, ਉੱਥੇ ਵੀ ਕਿਹਾ ਵੀ ਅਸੀਂ 50 ਕਰੋੜ ਦਿੱਤਾ, ਜੇ 5 ਦਿੱਤੇ ਹੁਣ ਧਨੌਲੇ 'ਚ, ਮੈਂ ਧਨੌਲੇ ਵਾਸੀਆਂ ਨੂੰ ਵੋਟਾਂ ਨੂੰ ਨਹੀਂ ਕਹਿੰਦਾ। ਸੋ ਇਹ ਗੱਲ ਨਾ ਦੀ ਸਾਰਿਆਂ 'ਚ ਚਰਚਾ, ਅਤੇ ਲੋਕ ਇਸ ਗੱਲ ਦਾ ਅਹਿਸਾਸ ਕਰਦੇ ਵੀ ਯਾਰ ਮਸਾਂ 35 ਸਾਲ ਬਾਅਦ ਸਰਕਾਰ ਦੇਖੀ ਆ, ਜੇ ਸਰਕਾਰ ਨਾਲ ਤਾਰਾਂ ਜੁੜੀਆਂ ਤਾਂ ਇੰਨੇ ਪੈਸੇ ਆ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਏ, ਅਤੇ ਲੋਕਾਂ ਨੂੰ ਇਸ ਗੱਲ ਦਾ ਹੀ ਪਤਾ ਵੀ ਬੜੇ ਕੰਮ ਹੋ ਗਏ ਅਤੇ ਬੜੇ ਰਹਿੰਦੇ ਵੀ ਆ ਬਰਨਾਲੇ ਦੇ, ਜਿਹੜੇ ਅਧੂਰੇ ਆ। ਅਤੇ ਅਰਵਿੰਦ ਕੇਜਰੀਵਾਲ ਜੀ ਕਹਿ ਕੇ ਵੀ ਗਿਆ, ਜਿਹੜੇ 4 ਪ੍ਰੋਜੈਕਟਾਂ ਦਾ ਅਨਾਊਂਸਮੈਂਟ ਜਿਹੜੀ ਆ ਕਰਕੇ ਗਏ ਆ ਵੀ ਇੱਕ ਆਊਟਰ ਬਾਉਂਡਰੀ ਆ ਜਿਹੜੀ ਉਹਨੂੰ 4 ਲੇਨ ਕਰਨਾ, ਜਿਹੜੀ ਰਿੰਗ ਰੋਡ ਆ ਬਰਨਾਲੇ ਦੀ, ਹੰਡਾਇਆ ਰੋਡ, ਜਿਹੜੀ ਧਨੌਲਾ ਰੋਡ, ਕਪਲ ਪੈਲਸ ਵਾਲੀ ਰੋਡ, ਇੰਡਸਟਰੀਅਲ ਫੋਕਲ ਪੁਆਇੰਟ, ਟਰੋਮਾ ਸੈਂਟਰ, ਅਤੇ ਇੱਕ ਜਿਹੜਾ ਬਹੁਤ ਅੱਛੇ ਲੈਵਲ ਦਾ ਨੈਸ਼ਨਲ ਲੈਵਲ ਦਾ ਜਿਹੜਾ ਸਟੇਡੀਅਮ। ਅਤੇ ਨਾਲ ਉਹ ਕਹਿ ਕੇ ਹੀ ਗਿਆ ਵੀ ਭਾਈ ਪਹਿਲਾਂ ਸਰਕਾਰ ਦਾ ਬੰਦਾ ਹਰਿੰਦਰ ਧਾਲੀਵਾਲ ਨੂੰ ਜਿਤਾ ਕੇ ਭੇਜੋ, ਤਾਂ ਇਹ ਸਾਰੇ ਪ੍ਰੋਜੈਕਟ ਨੇ ਜਿਹੜੇ 2.5 ਸਾਲਾਂ ਦੇ ਅੰਦਰ ਅੰਦਰ ਕੰਪਲੀਟ ਹੋਣਗੇ। ਅਤੇ ਕੁਦਰਤੀ ਹੈ ਜਿੱਥੇ ਸਰਕਾਰ ਦਾ ਬੰਦਾ ਜਿੱਤੂਗਾ ਤਾਂ ਪੈਸੇ ਆਉਣੇ ਆ, ਨਹੀਂ ਵਿਰੋਧੀ ਦਾ ਤਾਂ ਇੰਨਾ ਕਹਿ ਕੇ ਸਰ ਜਾਂਦਾ ਵੀ ਅਸੀਂ ਕੀ ਕਰੀਏ ਜੀ, ਸਾਡੀ ਕਿਹੜਾ ਸਰਕਾਰ ਹੈ। ਸੋ ਲੋਕਾਂ ਨੇ ਸਰਕਾਰ ਦਾ ਸਵਾਦ ਦੇਖਿਆ ਵੀ ਕਰੋੜਾਂ ਰੁਪਈਆ ਆਇਆ, ਅਤੇ ਆਉਣ ਵਾਲੇ ਸਮੇਂ 'ਚ ਵੀ ਬਰਨਾਲੇ ਦੀ ਤਰੱਕੀ ਲਈ, ਬਰਨਾਲੇ ਦੇ ਵਿਕਾਸ ਲਈ ਸਾਰੇ ਕਿਤੇ ਇੱਕੋ ਆਵਾਜ਼ ਹੈ ਵੀ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਵੀ ਆਪਾਂ ਯਾਰ ਜਿਹਦੀ ਸਰਕਾਰ ਹੈ ਉਹਦਾ ਸਾਥ ਹੈ ਜਿਹੜਾ ਉਹ ਦੇਈਏ। ਇਸ ਤਰ੍ਹਾਂ ਦਾ ਰੁਝਾਨ ਤੁਸੀਂ ਦੇਖਣ ਨੂੰ ਮਿਲਿਆ ਗਿਆ, ਤੁਸੀਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਸ਼ਹਿਰ ਦੇ ਵੀ ਕੰਪੇਨ ਕੀਤੀ, ਕਿਹੋ ਜਿਹਾ ਲੱਗਦਾ ਮਾਹੌਲ ਤੁਹਾਨੂੰ? ਦੇਖੋ ਮੈਂ ਕਹੀ ਜਾਂਦਾ ਜੀ, ਇੱਕੋ ਆਵਾਜ਼ ਹੈ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ, ਵੀ ਇੱਕੋ ਆਵਾਜ਼ ਹੈ ਵੀ ਯਾਰ ਜਿਹਦੀ ਸਰਕਾਰ ਹੈ ਆਪਾਂ ਡਿਵੈਲਪਮੈਂਟ ਦੇ ਲਈ, ਕਿਉਂਕਿ ਲੋਕਾਂ ਨੇ ਇਕੱਲੀਆਂ ਗੱਲਾਂ ਨਹੀਂ, ਲੋਕਾਂ ਨੇ ਦੇਖਿਆ ਵੀ ਇੰਨੇ ਪੈਸੇ ਆਏ ਆ ਪਿੰਡਾਂ ਨੂੰ, ਜਿਹੜੇ ਮਰਜ਼ੀ ਪਿੰਡ ਜਾ ਕੇ ਬੈਠ ਜਾਓ, ਪੁੱਛੋ ਵੀ ਕਿੰਨੇ ਪੈਸੇ ਆਏ ਆ। ਤੁਸੀਂ ਤਾਂ ਸਾਰੇ ਮੇਰੇ ਨਾਲ ਉਦਘਾਟਨਾਂ 'ਤੇ ਜਾਂਦੇ ਰਹੇ ਹੋ, ਅਤੇ ਪਿਛਲੀ ਸਰਕਾਰ 'ਚ ਵੀ ਦੇਖੋ ਵੀ ਜੇ ਇਕੱਲੇ ਨੀਂਹ ਪੱਥਰ ਰੱਖਿਆ, ਜੇ 5 ਵੀ ਉਦਘਾਟਨ 5 ਸਾਲਾਂ 'ਚ ਕੀਤੇ ਹੋਣ। ਸੋ ਇੰਨਾ ਜੀ, ਅੱਗੇ ਬਹੁਤ ਟਾਈਮ ਬਾਅਦ ਅੱਜ ਤੁਸੀਂ ਪ੍ਰਚਾਰ 'ਚੋਂ ਹਰਿੰਦਰ ਧਾਲੀਵਾਲ ਚੋਣ ਮੈਦਾਨ 'ਚ ਹੈ, ਕਿ ਅੱਜ ਵੋਟ ਪਾਉਣ ਵੀ ਆਏ ਉਸ ਤਰ੍ਹਾਂ, ਕਿਸ ਤਰ੍ਹਾਂ ਦੇਖ ਰਹੇ ਹੋ ਕਿ ਅੱਜ? ਦੇਖੋ ਮੈਂ ਹਰਿੰਦਰ ਧਾਲੀਵਾਲ ਮੇਰਾ 3 ਇਲੈਕਸ਼ਨਾਂ 'ਚ ਕੰਪੇਨ ਮੈਨੇਜਰ ਜਿਹੜਾ ਰਿਹਾ, ਮੇਰਾ ਕਵਰਿੰਗ ਕੈਂਡੀਡੇਟ ਵੀ ਰਿਹਾ। ਮੂਹਰੇ ਇੱਕ ਚਿਹਰਾ ਹੁੰਦਾ, ਪਿੱਛੇ ਇੱਕ ਟੀਮ ਹੁੰਦੀ ਹੈ ਜਿਹੜੀ ਤੁਹਾਡੇ ਕੰਮ ਕਰਦੀ ਹੈ। ਹਰਿੰਦਰ ਧਾਲੀਵਾਲ ਉਹ ਟੀਮ ਦਾ ਜਿਹੜਾ ਹਿੱਸਾ ਸੀ, ਜਿਨ੍ਹਾਂ ਦੇ ਕਰਕੇ ਮੀਤ 2 ਵਾਰੀ ਵਿਧਾਨ ਸਭਾ ਅਤੇ 1 ਵਾਰੀ ਜਿਹੜੀ ਲੋਕ ਸਭਾ ਦੀਆਂ ਪੌੜੀਆਂ ਚੜ੍ਹਿਆ, ਅਤੇ ਅੱਜ ਉਹ ਅੱਗੇ ਆ ਅਤੇ ਮੈਂ ਪਿੱਛੇ ਹੋ ਕੇ ਜਿਹੜੀ ਤੁਹਾਨੂੰ ਨੇ ਜਿਤਾ ਤਾ 3 ਵਾਰੀ, ਇਸ ਵਾਰੀ ਤੁਸੀਂ ਜਿਤਾ ਦੋਗੇ ਇਹਨਾਂ ਨੂੰ? ਮੈਂ ਐਤਕੀ ਲਾਂਭਾ ਲਾਊਂਗਾ।